ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵੀਰੇ, ਇਸ ਵੇਲੇ ਮੈਂ ਖੜ੍ਹਾ ਹਾਂ ਗੁਰਦੁਆਰਾ ਭਾਈ ਸ਼ਾਲੋ ਜੀ, ਅੰਮ੍ਰਿਤਸਰ ਜ਼ਿਲ੍ਹਾ ਜੀ, ਪਿੰਡ ਹੈਗਾ ਪੰਡੋਰੀ ਵੜੈਚ ਜੀ। ਗੁਰਦੁਆਰਾ ਭਾਈ ਸ਼ਾਲੋ ਜੀ ਜਿਹੜਾ ਕਿ 1986 ਦੇ ਵਿੱਚ ਇਸ ਪਿੰਡ ਦਾ ਇੱਕ ਟਰੱਸਟ ਬਣਾਇਆ ਸੀ। ਇਸ ਗੁਰਦੁਆਰੇ ਦੀ ਹਿਸਟਰੀ ਇਹ ਹੈ ਜੀ, ਇਸ ਗੁਰਦੁਆਰੇ ਨੂੰ ਤਾਂ ਬਣਾਇਆ ਗਿਆ ਕਿ ਭਾਈ ਸ਼ਾਲੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਇਸ ਪਿੰਡ ਦੇ ਵਿੱਚ ਉਹ ਬਾਲਣ ਦੀ ਗ੍ਰਹਿ ਕਰਨ ਆਉਂਦੇ ਸੀ। ਇਸ ਪਿੰਡ ਦੇ ਵਿੱਚ ਉਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵੇਲੇ ਆਏ, ਉਸ ਵੇਲੇ ਉਹਨਾਂ ਨੇ ਇਸ ਪਿੰਡ ਦੇ ਵਿੱਚ ਗ੍ਰਹਿ ਕੀਤੀ ਅਤੇ ਉਹਨਾਂ ਨੇ ਲੋਕਾਂ ਨਾਲ ਬਚਨ ਕੀਤੇ, ਕੁਛ ਵਰ ਕੀਤੇ ਜੋ ਕਿ ਸੱਚੇ ਹੋਏ। ਉਹਨਾਂ ਬਚਨਾਂ ਦੇ ਆਧਾਰ 'ਤੇ ਚੱਲਦੇ ਇੱਥੇ ਕਈ ਪਰਿਵਾਰ ਜਿਹੜੇ ਕਿ ਉਹਨਾਂ ਦੇ ਸ਼ਰਧਾਲੂ ਬਣ ਗਏ। ਉਹਨਾਂ ਸ਼ਰਧਾਲੂਆਂ 'ਚ ਇੱਕ ਪਰਿਵਾਰ ਬਹੁਤ ਜਿਹੜਾ ਕਿ ਭਾਈ ਜੀ ਦੇ ਲਾਗੇ ਹੋਇਆ, ਉਸ ਪਰਿਵਾਰ ਨੇ ਖੁਸ਼ ਹੋ ਕੇ ਅਤੇ ਇਹਨਾਂ ਨੂੰ ਬਾਬਾ ਜੀ ਇੱਕ ਜਗ੍ਹਾ ਦਾਨ ਕੀਤੀ ਆ। ਜਿਸ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ, ਭਾਈ ਸ਼ਾਲੂ ਜੀ ਦਾ ਗੁਰਦੁਆਰਾ, ਮੇਰੇ ਨਾਲ ਖੜ੍ਹੇ ਨੇ ਬਾਬਾ ਮੋਹਨ ਜੀ ਜੋ ਇੱਥੋਂ ਦੇ ਮੁੱਖ ਸੇਵਾਦਾਰ ਨੇ, ਬਾਕੀ ਸਾਰੀਆਂ ਸੰਗਤਾਂ ਨਾਲ ਖੜ੍ਹੀਆਂ ਨੇ ਜੋ ਇੱਥੇ ਸੇਵਾ ਵੀ ਕਰਦੇ ਆ ਅਤੇ ਹਰ ਰੋਜ਼ ਨਤਮਸਤਕ ਹੁੰਦੀਆਂ ਆ। ਪੰਜਾਬੀ ਵੀਰੋ, ਜਿਹੜੀ ਤੁਹਾਨੂੰ ਅਸੀਂ ਬੇਨਤੀ ਕਰਨੀ ਆ ਕਿ ਗੁਰਦੁਆਰਾ ਇੱਕ ਇਹੋ ਜਿਹੀ ਚੀਜ਼ ਆ, ਸਿੱਖਾਂ ਡਿੱਠੇ ਸੱਭੇ ਥਾਮ ਨਾਹੀਂ ਤੁਧ ਜੇ ਆ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਹੈ ਕਿ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਜਿੱਥੇ ਗੁਰਦੁਆਰਾ ਸਾਹਿਬ ਹੋਵੇ, ਗੁਰਦੁਆਰੇ ਦਾ ਸ਼ਰਧਾ ਹੀ ਇੱਕ ਸਿੱਖਾਂ ਦੀ ਇਹ ਹੁੰਦੀ ਹੈ ਕਿ ਮਸਲਾ ਨਹੀਂ ਵੱਧਦਾ, ਕੋਈ ਕਮੇਟੀ ਦਾ ਝਗੜਾ ਪੈ ਸਕਦਾ ਹੈ। ਪਰ ਇਹ ਪਹਿਲੀ ਵਾਰ ਵੇਖਿਆ ਗਿਆ ਕਿ ਪਿੰਡ ਪੰਡੋਰੀ ਵੜੈਚ ਭਾਈ ਸ਼ਾਲੀ ਦੇ ਗੁਰਦੁਆਰੇ ਇੱਕ ਨਵਾਂ ਰੇੜਕਾ ਖੜ੍ਹਾ ਹੋ ਗਿਆ। ਉਹ ਜ਼ਮੀਨ ਜਿਹੜੀ ਅੱਜ ਤੋਂ 33 ਸਾਲ ਪਹਿਲਾਂ ਜਾਂ ਕਿੰਨੇ ਸਾਲ ਪਹਿਲਾਂ ਗੁਰਦੁਆਰੇ ਨੂੰ ਦਾਨ ਕੀਤੀ ਗਈ, ਉਹੀ ਦਾਨੀ ਵੀਰਾਂ ਨੇ ਆ ਕੇ ਇੱਕ ਨਵਾਂ ਰੇੜਕਾ ਵਿੱਚ ਖੜ੍ਹਾ ਕਰ ਦਿੱਤਾ। ਭਾਈ ਮੋਹਨ ਜੀ ਜੋ ਇਸ ਮੁੱਖ ਸੇਵਾਦਾਰ ਮੇਰੇ ਨਾਲ ਖੜ੍ਹੇ ਨੇ, ਉਹ ਸਾਰਾ ਇਹ ਮਸਲਾ ਦੱਸਣਗੇ ਕਿਉਂ ਹੋਇਆ, ਉਸ ਦੇ ਨਾਲ ਸੰਗਤਾਂ ਆ, ਦੋ ਵਿਚਾਰ ਉਹਨਾਂ ਦੇ ਨਾਲ ਅਸੀਂ ਲਵਾਂਗੇ। ਭਾਈ ਮੋਹਨ ਜੀ, ਤੁਸੀਂ ਸਾਨੂੰ ਸਾਰਾ ਜੋ ਵੀ ਹੋਇਆ ਇਹ ਆਪਣੇ ਤੁਸੀਂ ਜੋ ਬਚਨਾਂ ਨਾਲ ਦੱਸੋ ਸੰਗਤ ਨੂੰ ਕਿ ਸਾਰਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਮੇਰੇ ਘਰ ਬੱਚਾ ਨਹੀਂ ਸੀ, ਮੈਂ ਇੱਥੇ ਸਿੱਖਾ, ਮੇਰੇ ਘਰ ਘਰ ਬਾਰ ਸਾਰਾ ਜਾਤਾ ਮੇਰੇ ਮੇਰੇ ਪ੍ਰਿਆਸ ਰੱਖਾ, ਮੈਂ ਇੱਥੇ ਸੇਵਾ ਕੀਤੀ। ਮੈਂ 83-84 'ਚ ਆਇਆ ਅਤੇ 96 'ਚ ਗੁਰਦੁਆਰੇ ਸਾਹਿਬ ਦੀ ਨੀਂਹ ਧਰੀ, ਫਿਰ ਗੁਰਦੁਆਰਾ ਬਣ ਗਿਆ। ਫਿਰ ਲਾਗੇ ਇੱਕ ਸਾਡੇ ਵਿੱਚ ਬੰਦੇ ਸੀ, ਉਹ ਸਾਡੇ ਨਾਲ ਵੱਖਰੇ ਹੋ ਗਏ, ਉਹਨਾਂ ਨੇ ਲਾਗੇ ਗੁਰਦੁਆਰਾ ਪਾਉਣਾ ਚਾਹਿਆ। ਉਹ 2004 ਦੇ ਵਿੱਚ ਆਣ ਕੇ ਇੱਥੇ ਕਬਜ਼ਾ ਕਰਨਾ ਚਾਹਿਆ ਅਤੇ ਫਿਰ ਜਿਨ੍ਹਾਂ ਨੇ ਸਾਨੂੰ ਪੈਲੀ ਦਾਨ ਕੀਤੀ ਸੀ ਉਹਨਾਂ ਫਿਰ ਟਰੈਕਟ ਬਣਾ ਦਿੱਤਾ, ਅਤੇ ਜਦੋਂ ਟਰੈਕਟ ਬਣਾਇਆ ਉਹ ਬੰਦੇ ਭੱਜ ਗਏ ਸਾਡੀ, ਇੱਥੇ ਬਾਹਰ ਨਹੀਂ ਜਾਣੀ। ਉਹਨਾਂ ਨੇ ਲਾਗੇ ਇੱਕ ਗੁਰਦੁਆਰੇ ਵਾਸਤੇ ਜਗ੍ਹਾ ਲਈ, 5-7 ਸਾਲ ਉੱਦਾਂ ਪਈ ਰਹੀ। ਫਿਰ ਉਹਨਾਂ ਨੇ ਸਾਡੇ ਘਰ ਉਹ ਪਾਰਟੀ ਨਾਲ ਕੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਸਾਡੀ ਜਗ੍ਹਾ ਦੇ ਉੱਤੇ ਇੱਕ ਲੰਗਰ ਹਾਲ ਬਣਾ ਲਓ, ਆਹਾਂ ਤੁਹਾਨੂੰ ਦਾਨ ਦਿੱਤਾ। ਉਹਦੇ ਵਿੱਚ ਜਿਹੜਾ ਦਾਨ ਦਿੱਤਾ ਉਹਦੇ ਭਾਈ ਸ਼ਾਲੂ ਜੀ ਦੇ ਨਾਲ ਜਗ੍ਹਾ ਇੰਤਕਾਲ ਅਤੇ ਰਜਿਸਟਰੀ ਹੋ ਗਈ, ਸਾਨੂੰ ਉਹਨਾਂ ਦੇ ਦਿੱਤੀ। ਹੁਣ ਉਹ ਹੀ ਬੰਦੇ ਆਈ ਪੈਸਾ ਉੱਤੇ 50-60 ਲੱਖ ਰੁਪਈਆ, ਉਹ ਬੰਦੇ ਸਾਡੇ ਕੋਲ ਕੌਣ ਪੈਂਦੇ ਆ, ਰੋਜ਼ ਆਣ ਕੇ ਕਬਜ਼ਾ ਕਰਦੇ ਆ, ਧੱਕੇਸ਼ਾਹੀ ਕਰਦੇ ਆ, ਸ਼ਰਾਬ ਪੀ ਕੇ ਅੰਦਰ ਵੀ ਪੈਂਦੇ ਆ। ਸਾਡੀਆਂ ਧੀਆਂ ਭੈਣਾਂ ਸੰਗਤ ਬਹੁਤ ਆਉਂਦੀ ਆ, ਬਹੁਤ ਆਵਾਜ਼ਾਰੀ ਆ। ਅਸੀਂ ਇਹੋ ਸੰਗਤ ਗਾੜੀ ਬੇਨਤੀ ਕਰਨੀ, ਅਰਦਾਸ ਕਰੋ ਸੱਚੇ ਪਾਤਸ਼ਾਹ ਗਾੜੀ ਇੱਥੇ ਕਿਰਪਾ ਰਹੇ, ਕੋਈ ਬਾਵਜਾਦ ਨਹੀਂ, ਇੱਥੇ ਰੋਜ਼ ਸੰਗਤਾਂ ਆਉਂਦੀਆਂ ਨੇ, ਜਿਹਦੇ ਵਿੱਚ ਵਿਧਵਾ ਔਰਤਾਂ 80-90 ਨੇ, ਜਿਨ੍ਹਾਂ ਨੂੰ ਰਾਸ਼ਨ ਪਾਣੀ ਮਹੀਨੇ ਦੇ ਮਹੀਨੇ ਦੇਈਦਾ, ਨਾਲ ਕਿਰਾਇਆ ਦੇਈਦਾ, ਨਾਲ ਉਹਨਾਂ ਦੇ ਬੱਚਿਆਂ ਦੀ ਫੀਸ ਦੇਈਦੀ ਆ, ਨਾਲ ਜੇ ਕੋਈ ਬੀਬੀ ਕਹਿੰਦੀ ਆ ਕਿ ਮੈਥੋਂ ਦਵਾਈ ਵਾਸਤੇ ਪੈਸੇ ਨੂੰ ਦਵਾਈ ਦੇ ਪੈਸੇ ਦੇਈਦੇ ਆ, ਲੜਕੀਆਂ ਦੇ ਫ੍ਰੀ 20 ਕਰੀਦੇ ਆ, ਜਿਹਦੇ ਵਿੱਚ ਮਹੀਨੇ 10-12 ਵਿਆਹ ਹੁੰਦੇ ਆ, ਹੁਣ ਸਾਰਾ ਲੰਗਰ ਪਾਣੀ ਜਿਹੜਾ ਗੁਰੂ ਘਰ ਵੱਲੋਂ ਦਿੱਤਾ ਜਾਂਦਾ, ਜਿਹੜੀਆਂ ਮੈਨੂੰ ਸੰਗਤਾਂ ਦੇਈਆਂ। ਮੈਂ ਅੱਜ ਤੱਕ ਸੰਗਤਾਂ ਕੋਲ ਪੈਸਾ ਮੰਗਦੀ ਕੋਈ ਵੀ ਖੇਤਰ ਨਹੀਂ ਕੀਤੀ, ਜੋ ਵੀ ਸੰਗਤ ਆਉਂਦੀ ਆ ਉਹਨੂੰ ਮੈਂ ਕਹਿੰਦਾ ਵੀ ਆਟਾ ਚੜਾਓ, ਖੰਡ ਚੜਾਓ, ਪੱਤੀ ਚੜਾਓ, ਦਾਲ ਚੜਾਓ, ਜੋ ਬਿਸਤਰਾ ਚਾਹੀਦਾ, ਕੋਈ ਬਾਲਣ ਚਾਹੀਦਾ, ਸੰਗਤਾਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੀਆਂ। ਪਰ ਇਹ ਬੰਦੇ ਸਾਨੂੰ ਖਰਾਬ ਕਰਦੇ ਸੀ, ਪਹਿਲਾਂ ਸਾਡੇ ਕੋਲ ਕੋਹ ਖਾਈ ਜਾਂਦੇ ਸੀ, ਸੰਗਤਾਂ ਵੱਲੋਂ ਕਹੋਦੇ ਆ ਬਾਬਾ ਜੀ ਗੁਰਦੁਆਰਾ ਤੁਸੀਂ ਪੈਸੇ ਬਣਾਉਂਦੇ ਨਹੀਂ, ਪੈਸੇ ਕਿੱਥੇ ਜਾਂਦੇ ਆ। ਫਿਰ ਇਹਨਾਂ ਨੂੰ ਸਾਥ ਛੱਡ ਕੇ ਪੈਲੀਆਂ ਦੇ ਨਾਲ ਸਾਥ ਲਾਇਆ, ਜੇ ਆਪਾਂ ਗੁਰਦੁਆਰਾ ਬਣਾ ਤਾਂ ਸਾਡੇ ਕੋਲ ਪਾਉਣਾ ਚਾਹੁੰਦੇ ਆ। ਅਸੀਂ ਇਹੋ ਹੀ ਸੰਗਤਾਂ ਗਾੜੀ ਬੇਨਤੀ ਕਰਨੀ ਪਿਓ, ਰਲ ਮਿਲ ਕੇ ਗੁਰੂ ਘਰ ਦੀ ਨੂੰ ਆਪਾਂ ਬਚਾਈਏ, ਇਹਦੀ ਇੱਜ਼ਤ ਬਣਾਉਣੀ ਹੈ, ਜੇ ਆਪਾਂ ਸਿੱਖ ਹੀ ਸਿੱਖ ਲਾ ਕੇ
ਇਹ ਕੰਮ ਕੀਤਾ ਤਾਂ ਮਾੜੀ ਕਰ ਰਹੇ ਹਾਂ। ਇਸ 'ਤੇ ਇੱਥੇ ਸਭ ਸੰਗਤਾਂ ਆਉਂਦੀਆਂ ਨੇ, ਕੋਈ ਵੀ ਇੱਥੇ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ। ਜੋ ਇਸੇ ਤਰ੍ਹਾਂ ਦਾ ਵਿੱਚ ਹੁੰਦਾ ਉਸ ਤਰ੍ਹਾਂ ਉਹਦੀ ਆਸ ਕਾਮਨਾ ਪੂਰੀ ਹੁੰਦੀ ਹੈ। ਵਾਹਿਗੁਰੂ। ਬਾਬਾ ਜੀ ਦਾ ਕਹਿਣ ਦਾ ਭਾਵ ਹੈ ਕਿ ਇਹ ਗੁਰਦੁਆਰਾ ਜੋ ਕਿ ਸੰਗਤਾਂ ਦੀ ਸੇਵਾ ਨਾਲ ਹੀ ਬਣਿਆ ਅਤੇ ਉਹ ਸੰਗਤਾਂ ਦੀ ਸੇਵਾ ਹੀ ਕਰ ਰਿਹਾ, ਗਰੀਬਾਂ ਦੀ ਇੱਥੇ ਸੇਵਾ ਕੀਤੀ ਜਾਂਦੀ ਆ। ਬਾਬਾ ਜੀ ਨੇ ਕਿਹਾ ਕਿ ਉਹ ਲੋਕ ਜਿਨ੍ਹਾਂ ਨੇ ਅੱਜ ਤੋਂ ਕੁਛ ਸਾਲ ਪਹਿਲਾਂ ਹੀ ਇੰਨੀ ਸ਼ਰਧਾ ਦੇ ਨਾਲ ਇਹ ਦਾਨ ਕੀਤੀ ਆ, ਫਿਰ ਕਿਹੜੀ ਇਹੋ ਜਿਹੀ ਮੁਸ਼ਕਲ ਆ ਗਈ ਕਿ ਇਹੀ ਦਾਨ ਕੀਤੀ ਹੋਈ ਜ਼ਮੀਨ ਉਹ ਫਿਰ ਦੁਬਾਰਾ ਹੜੱਪਣੀ ਚਾਹੁੰਦੇ ਆ। ਸੋ ਸਾਡੇ ਨਾਲ ਹੋਰ ਵੀ ਇੱਥੇ ਵੀ ਸੰਗਤ ਖੜ੍ਹੀ ਆ। ਸੰਗਤ ਸਾਹਿਬ ਸੇ ਤੁਹਾਡਾ, ਸਿੰਘ ਸਾਹਿਬ ਤੁਹਾਡੇ ਕੀ ਵਿਚਾਰ ਆ, ਤੁਹਾਡੇ ਕੀ ਵਿਚਾਰ, ਤੁਸੀਂ ਕੀ ਕਹਿਣਾ ਚਾਹੁੰਦੇ ਜੇ ਇਹਦੇ ਬਾਰੇ? ਉੱਚੀ ਬੋਲੋ। ਕਿਉਂਕਿ ਸਾਡੀ ਇੱਥੇ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਧਰ, ਅਤੇ ਠੀਕ ਠਾਕ ਹੈ। ਜੋ ਉੱਥੇ ਗੁਰਦੁਆਰਾ ਜਾਣਾ ਨਹੀਂ ਚਾਹੀਦਾ ਕਿਸੇ ਪਾਸੇ, ਗੁਰਦੁਆਰਾ ਕਿਸੇ ਬੰਨੇ ਜਾਣਾ ਨਹੀਂ ਚਾਹੀਦਾ। ਸਾਰੀ ਸੰਗਤ ਦਾ ਵੀ ਭਾਈ ਸ਼ਾਲੋ ਜੀ ਗੁਰੂ ਤਾਂ ਗੁਰੂ ਘਰ ਦੇ, ਇਹ ਉਹ ਗੁਰੂ ਘਰ, ਸਿੱਖ ਗੁਰੂ ਘਰ ਕੀ ਚੀਜ਼ ਆ ਜਿਹਦੇ ਵਿੱਚ ਗੁਰੂ ਘਰ ਦੀਆਂ ਸੰਗਤਾਂ ਨੂੰ ਬਰਾਬਰ ਦੇ ਰੁਤਬੇ ਦਿੱਤੇ ਗਏ ਆ ਔਰ ਬਰਾਬਰ ਦਾ ਰੁਤਬਾ ਭਾਈ ਸ਼ਾਲੋ ਜੀ ਨੂੰ ਮਿਲਿਆ, ਜਿਸ ਕਰਕੇ ਇੱਥੇ ਗੁਰਦੁਆਰਾ ਸਾਹਿਬ ਨੇ ਜਾਚ ਬਣਿਆ ਆ। ਮੇਰੇ ਨਾਲ ਹੋਰ ਸਿੰਘ ਸਾਹਿਬ ਖੜ੍ਹੇ ਨੇ, ਉਹਨਾਂ ਕੋਲ ਵੀ ਇਹੀ ਵਿਚਾਰ ਪੁੱਛਣਗੇ ਕਿ ਜੇ ਉਹ ਦਾਨ ਕੀਤੀ ਹੋਈ ਜ਼ਮੀਨ ਹੈ ਵੀਰ ਜੀ ਤਾਂ ਅੱਜ ਫਿਰ ਉਹ ਰੇੜਕਾ ਖੜ੍ਹਾ ਕਰਦੇ ਆ, ਅਤੇ ਉਹ ਕਿਉਂ ਰੇੜਕਾ ਖੜ੍ਹੇ ਕਰਦੇ? ਸਿੰਘ ਸਾਹਿਬ ਤੁਸੀਂ ਦੋ ਵਿਚਾਰ ਦਿਓ। ਇਹਨਾਂ ਨੇ ਪਹਿਲਾਂ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੜਚਨ ਪਾਈ ਸੀਗੀ, ਉਦੋਂ ਗੁਰਦੁਆਰਾ ਸਾਹਿਬ ਬਣਦਾ ਸੀ ਅਤੇ ਇਹਨਾਂ ਨੇ ਰੁਕਾਵਟ ਪਾਈ। ਬਾਅਦ ਦੇ ਵਿੱਚ ਇਹਨਾਂ ਨੇ ਆਪਣੀ ਇੱਕ ਵੱਖਰੀ ਜਗ੍ਹਾ ਛੱਡੀ ਸੀਗੀ, ਉਹਦੇ ਵਿੱਚ ਗੁਰਦੁਆਰਾ ਸਾਹਿਬ ਪਾਉਂਦੇ। ਫਿਰ ਇਹਨਾਂ ਕੋਲ ਗੁਰਦੁਆਰਾ ਸਾਹਿਬ ਨਹੀਂ ਪਿਆ, ਸੰਗਤਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ। 5-7 ਸਾਲ ਬਾਅਦ ਇਹਨਾਂ ਨੇ ਮੁੜ ਕੇ ਆ ਕੇ ਅਰਦਸ਼ਨੀ ਬਾਬਾ ਜੀ ਨੂੰ ਦੇ ਦਿੱਤੀ ਵੀ ਬਾਬਾ ਜੀ ਤੁਸੀਂ ਗੁਰਦੁਆਰਾ ਸਾਹਿਬ ਇੱਧਰ ਬਣਾ ਲਓ, ਇਹਦੇ ਵਿੱਚ ਲੰਗਰ ਹਾਲ ਬਣਾ ਲਓ ਅਤੇ ਇਹਦੇ ਨਾਲ ਹੀ ਲਾ ਲਓ। ਹੁਣ ਜਦੋਂ ਲੰਗਰ ਹਾਲ ਬਣ ਗਿਆ ਵਾ, 50-60 ਲੱਖ ਰੁਪਈਆ ਉੱਪਰ ਲੱਗ ਗਿਆ, ਅਤੇ ਉਹ ਬੇਈਮਾਨ ਹੁੰਦੇ ਆ ਵੀ ਉਹ ਜਗ੍ਹਾ ਸਾਨੂੰ ਮਿਲ ਜਾਵੇ, ਅਸੀਂ ਵੱਖਰੀ ਗ੍ਰਾਹੀ ਕਰਕੇ ਆਪਣਾ ਵੱਖਰਾ ਖਾਣ ਪੀਣ ਦਾ ਕਰ ਲਈਏ ਜੀ। ਵਾਹਿਗੁਰੂ। ਸੰਗਤ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੇ ਕੋਈ ਵਿਤਕਰਾ ਨਹੀਂ ਹੈ। ਸੰਗਤ ਹਮੇਸ਼ਾ ਹੀ ਗੁਰੂ ਘਰ ਦਾ ਜੋ ਹੁਕਮ ਹੋਇਆ ਕਿ ਦਸਵੰਧ ਸੰਗਤ ਸ਼ੁਰੂ ਤੋਂ ਹੀ ਦਾਨ ਕਰਦੀ ਆਈ, ਦਾਨ ਕਰਦੀ ਚੱਲੀ ਆ। ਇਹ ਰੇੜਕਾ ਕਿਉਂ ਚੱਲਿਆ, ਇਹਦੇ ਪਿੱਛੇ ਕੀ ਰਾਜ ਨੇ, ਉਹ ਇਸ ਸਾਰੇ ਪਿੰਡ ਨੂੰ ਪਤਾ ਆ। ਪਰ ਸਾਡਾ ਕੀ ਫਰਜ਼ ਬਣਦਾ ਆ ਕਿ ਅਸੀਂ ਜੇ ਆਪਣੀ ਯਾਦ ਆਪਣੇ ਹੱਥੀਂ ਬਣਾਈ ਹੈ ਬਾਬਾ ਜੀ ਭਾਈ ਸ਼ਾਲੋ ਜੀ ਦੀ, ਅਤੇ ਉਹਨੂੰ ਵੱਧ ਚੜ੍ਹ ਕੇ ਅੱਗੇ ਪ੍ਰਫੁੱਲਿਤ ਕਰੀਏ। ਦੁਨੀਆ ਦੀ ਸੇਵਾ ਕਰ ਰਹੇ ਬਾਬਾ ਜੀ ਮੋਹਨ ਸਿੰਘ, ਜੋ ਕਿ ਹੜ੍ਹ ਪੀੜਤਾਂ ਵਾਸਤੇ ਲਗਾਤਾਰ ਇੱਕ ਹਫ਼ਤਾ ਇੱਥੋਂ ਰਸ਼ ਪਕਾ ਕੇ ਘੱਟ ਤੋਂ ਘੱਟ 7 ਗੱਡੀਆਂ ਹਰ ਰੋਜ਼ ਜਾਂਦੀਆਂ ਰਹੀਆਂ, ਜਿਹੜੀਆਂ ਕਿ ਤੁਸੀਂ ਪਹਿਲਾਂ ਵੀ ਪੋਸਟਾਂ ਦੇ ਵਿੱਚ ਵੇਖ ਰਹੇ ਹੋਗੇ ਭਾਈ ਬਾਬਾ ਮੋਹਨ ਜੀ ਭਾਈ ਸ਼ਾਲਾ ਜੀ ਗੁਰਦੁਆਰੇ ਤੋਂ ਤਕਰੀਬਨ ਹਰ ਰੋਜ਼ 6-7 ਗੱਡੀਆਂ ਰਸ਼ ਦੀਆਂ ਲੈ ਕੇ ਜਾਂਦੇ ਰਹੇ ਆ, ਔਰ ਇਹ ਗੁਰਦੁਆਰਾ ਹਾਲੇ ਵੀ ਸੇਵਾ ਲਈ ਜਾਣਿਆ ਜਾਂਦਾ ਆ। ਸੋ ਮੇਰੇ ਅਖੀਰ ਦੇ ਵਿੱਚ ਸੰਗਤਾਂ ਨੂੰ ਬੇਨਤੀ ਆ ਕਿ ਇਹ ਜਿਹੜਾ ਰੇੜਕਾ ਵਧਿਆ ਹੈ, ਇਸ ਰੇੜਕੇ ਨੂੰ ਘਟਾਇਆ ਜਾਵੇ। ਇਸ ਰੇੜਕੇ ਨੂੰ ਜੇ ਦਾਨ ਕੀਤੀ ਜ਼ਮੀਨ ਆ, ਅੱਜ ਫਿਰ ਸੰਗਤਾਂ ਮੰਗਣਗੀਆਂ, ਤਾਂ ਪੰਜਾਬ ਦੇ ਵਿੱਚ ਕਿੰਨੇ ਗੁਰਦੁਆਰੇ ਆ ਜੋ ਕਿ ਇਸੇ ਤਰ੍ਹਾਂ ਸੰਗਤਾਂ ਦੇ ਦਾਨ ਕੀਤੇ ਹੋਏ ਹੀ ਹਨ। ਸੋ ਅੱਜ ਜੇ ਇਹ ਰੇੜਕਾ ਵੇਖੇ ਤਾਂ ਇਹ ਕੋਈ ਗੱਲ ਹੈ ਵੀ ਨਹੀਂ ਆ, ਪਰ ਜੇ ਵਧਾਵਾਂਗੇ, ਸੁਣਿਆ ਕਿ ਪੁਲਿਸ ਤੱਕ ਮਸਲੇ ਵੀ ਪਹੁੰਚੇ ਆ, ਪਰ ਇਹ ਦੁੱਖਦਾਈ ਗੱਲਾਂ ਆ। ਸੰਗਤਾਂ ਦੇ ਵਿੱਚ ਹੋਰ ਕਿਸੇ ਚੀਜ਼ ਤੋਂ ਰੇੜਕਾ ਪੈ ਸਕਦਾ, ਗੁਰੂ ਘਰ ਪ੍ਰਤੀ ਸ਼ਰਧਾ ਜਿਹੜੀ ਉਹ ਕਦੀ ਵੀ ਘੱਟ ਨਹੀਂ ਹੋਈ। ਸੋ ਸਾਡੀ ਦੁਬਾਰਾ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਇਹ ਰੇੜਕੇ ਨੂੰ ਖਤਮ ਕੀਤਾ ਜਾਵੇ ਅਤੇ ਆਪਣੇ ਹੱਥੀਂ ਬਣਾਏ ਗੁਰਦੁਆਰੇ ਨੂੰ ਸਗੋਂ ਹੋਰ ਪ੍ਰਫੁੱਲਿਤ ਕਰੀਏ। ਆਉਣ ਵਾਲੇ ਸਮੇਂ ਦੇ ਵਿੱਚ ਇਸਦਾ ਮੇਲਾ ਆ ਰਿਹਾ ਆ, ਇਹਦੀ ਖੁਸ਼ੀਆਂ ਨੂੰ ਦੂਣਾ ਕਰੀਏ। ਕੈਮਰਾਮੈਨ ਹਰਿੰਦਰ ਵਿਰਕਾ ਦੇ ਨਾਲ ਮੈਂ ਵਜ਼ੀਰ ਮੂਦਲ, ਆਵਾਜ਼ੇ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵੀਰੇ, ਇਸ ਵੇਲੇ ਮੈਂ ਖੜ੍ਹਾ ਹਾਂ ਗੁਰਦੁਆਰਾ ਭਾਈ ਸ਼ਾਲੋ ਜੀ, ਅੰਮ੍ਰਿਤਸਰ ਜ਼ਿਲ੍ਹਾ ਜੀ, ਪਿੰਡ ਹੈਗਾ ਪੰਡੋਰੀ ਵੜੈਚ ਜੀ। ਗੁਰਦੁਆਰਾ ਭਾਈ ਸ਼ਾਲੋ ਜੀ ਜਿਹੜਾ ਕਿ 1986 ਦੇ ਵਿੱਚ
ਇਸ ਪਿੰਡ ਦਾ ਇੱਕ ਟਰੱਸਟ ਬਣਾਇਆ ਸੀ। ਇਸ ਗੁਰਦੁਆਰੇ ਦੀ ਹਿਸਟਰੀ ਇਹ ਹੈ ਜੀ, ਇਸ ਗੁਰਦੁਆਰੇ ਨੂੰ ਤਾਂ ਬਣਾਇਆ ਗਿਆ ਕਿ ਭਾਈ ਸ਼ਾਲੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਇਸ ਪਿੰਡ ਦੇ ਵਿੱਚ ਉਹ ਬਾਲਣ ਦੀ ਗ੍ਰਾਹੀ ਕਰਨ ਆਉਂਦੇ ਸੀ। ਇਸ ਪਿੰਡ ਦੇ ਵਿੱਚ ਉਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵੇਲੇ ਆਏ, ਉਸ ਵੇਲੇ ਉਹਨਾਂ ਨੇ ਇਸ ਪਿੰਡ ਦੇ ਵਿੱਚ ਗ੍ਰਾਹੀ ਕੀਤੀ ਅਤੇ ਉਹਨਾਂ ਨੇ ਲੋਕਾਂ ਨਾਲ ਬਚਨ ਕੀਤੇ, ਕੁਛ ਵਰ ਕੀਤੇ ਜੋ ਕਿ ਸੱਚੇ ਹੋਏ। ਉਹਨਾਂ ਬਚਨਾਂ ਦੇ ਆਧਾਰ 'ਤੇ ਚੱਲਦੇ ਇੱਥੇ ਕਈ ਪਰਿਵਾਰ ਜਿਹੜੇ ਕਿ ਉਹਨਾਂ ਦੇ ਸ਼ਰਧਾਲੂ ਬਣ ਗਏ। ਉਹਨਾਂ ਸ਼ਰਧਾਲੂਆਂ 'ਚ ਇੱਕ ਪਰਿਵਾਰ ਬਹੁਤ ਜਿਹੜਾ ਕਿ ਭਾਈ ਦੇ ਲਾਗੇ ਹੋਇਆ, ਉਸ ਪਰਿਵਾਰ ਨੇ ਖੁਸ਼ ਹੋ ਕੇ ਅਤੇ ਇਹਨਾਂ ਨੂੰ ਬਾਬਾ ਜੀ ਇੱਕ ਜਗ੍ਹਾ ਦਾਨ ਕੀਤੀ ਆ। ਜਿਸ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ, ਭਾਈ ਸ਼ਾਲੂ ਜੀ ਦਾ ਗੁਰਦੁਆਰਾ, ਮੇਰੇ ਨਾਲ ਖੜ੍ਹੇ ਨੇ ਬਾਬਾ ਮੋਹਨ ਜੀ ਜੋ ਇੱਥੋਂ ਦੇ ਮੁੱਖ ਸੇਵਾਦਾਰ ਨੇ, ਬਾਕੀ ਸਾਰੀਆਂ ਸੰਗਤਾਂ ਨਾਲ ਖੜ੍ਹੀਆਂ ਨੇ ਜੋ ਇੱਥੇ ਸੇਵਾ ਵੀ ਕਰਦੇ ਆ ਅਤੇ ਹਰ ਰੋਜ਼ ਨਤਮਸਤਕ ਹੁੰਦੀਆਂ ਆ। ਪੰਜਾਬੀ ਵੀਰੋ ਜਿਹੜੀ ਤੁਹਾਨੂੰ ਅਸੀਂ ਬੇਨਤੀ ਕਰਨੀ ਆ ਕਿ ਗੁਰਦੁਆਰਾ ਇੱਕ ਇਹੋ ਜਿਹੀ ਚੀਜ਼ ਆ, ਸਿੱਖਾਂ ਡਿੱਠੇ ਸੱਭੇ ਥਾਮ ਨਾਹੀਂ ਦੁੱਧਜੇ ਆ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਹੈ ਕਿ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਜਿੱਥੇ ਗੁਰਦੁਆਰਾ ਸਾਹਿਬ ਹੋਵੇ, ਗੁਰਦੁਆਰੇ ਦਾ ਸ਼ਰਧਾ ਹੀ ਇੱਕ ਸਿੱਖਾਂ ਦੀ ਇਹੋ ਜਿਹੀ ਹੈ ਕਿ ਮਸਲਾ ਨਹੀਂ ਵੱਧਦਾ, ਕੋਈ ਕਮੇਟੀ ਦਾ ਝਗੜਾ ਪੈ ਸਕਦਾ ਹੈ। ਪਰ ਇਹ ਪਹਿਲੀ ਵਾਰ ਵੇਖਿਆ ਗਿਆ ਕਿ ਪਿੰਡ ਪੰਡੋਰੀ ਵੜੈਚ ਚ ਭਾਈ ਸ਼ਾਲੇ ਦੇ ਗੁਰਦੁਆਰੇ ਇੱਕ ਨਵਾਂ ਰੇੜਕਾ ਖੜਾ ਹੋ ਗਿਆ। ਉਹ ਜ਼ਮੀਨ ਜਿਹੜੀ ਅੱਜ ਤੋਂ 33 ਸਾਲ ਪਹਿਲਾਂ ਜਾਂ ਕਿੰਨੇ ਸਾਲ ਪਹਿਲਾਂ ਗੁਰਦੁਆਰੇ ਨੂੰ ਦਾਨ ਕੀਤੀ ਗਈ, ਉਹੀ ਦਾਨੀ ਵੀਰਾਂ ਨੇ ਆ ਕੇ ਇੱਕ ਨਵਾਂ ਰੇੜਕਾ ਵਿੱਚ ਖੜਾ ਕਰ ਦਿੱਤਾ। ਭਾਈ ਮੋਹਨ ਜੀ ਜੋ ਇਸ ਮੁੱਖ ਸੇਵਾਦਾਰ ਮੇਰੇ ਨਾਲ ਖੜ੍ਹੇ ਨੇ, ਉਹ ਸਾਰਾ ਇਹ ਮਸਲਾ ਦੱਸਣਗੇ ਕਿਉਂ ਹੋਇਆ, ਉਸ ਦੇ ਨਾਲ ਸੰਗਤਾਂ ਆ, ਦੋ ਵਿਚਾਰ ਉਹਨਾਂ ਦੇ ਨਾਲ ਅਸੀਂ ਲਵਾਂਗੇ। ਭਾਈ ਮੋਹਨ ਜੀ ਤੁਸੀਂ ਸਾਨੂੰ ਸਾਰਾ ਜੋ ਵੀ ਹੋਇਆ ਇਹ ਆਪਣੇ ਤੁਸੀਂ ਜੋ ਬਚਨਾਂ ਨਾਲ ਦੱਸੋ ਸੰਗਤ ਨੂੰ ਕਿ ਸਾਰਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਮੇਰੇ ਘਰ ਬੱਚਾ ਨਹੀਂ ਸੀ, ਮੈਂ ਇੱਥੇ ਸਿੱਖਾਂ, ਮੇਰੇ ਘਰ ਘਰ ਬਾਹਰ ਸਾਰਾ ਜਾਤਾ ਮੇਰੇ ਮੇਰੇ ਪ੍ਰਾਪਤ ਸਿੱਖਾਂ, ਮੈਂ ਇੱਥੇ ਸੇਵਾ ਕੀਤੀ। ਮੈਂ 83-84 ਚ ਆਇਆ ਅਤੇ 96 'ਚ ਗੁਰਦੁਆਰੇ ਸਾਹਿਬ ਦੀ ਨੀਂਹ ਧਰੀ, ਫਿਰ ਗੁਰਦੁਆਰਾ ਬਣ ਗਿਆ। ਫਿਰ ਲਾਗੇ ਇੱਕ ਸਾਡੇ ਵਿੱਚ ਬੰਦੇ ਸੀ, ਉਹ ਸਾਡੇ ਨਾਲ ਵੱਖਰੇ ਹੋ ਗਏ, ਉਹਨਾਂ ਨੇ ਲਾਗੇ ਗੁਰਦੁਆਰਾ ਪਾਉਣਾ ਚਾਹਿਆ। ਉਹ 2004 ਦੇ ਵਿੱਚ ਆਣ ਕੇ ਇੱਥੇ ਕਬਜ਼ਾ ਕਰਨਾ ਚਾਹਿਆ ਅਤੇ ਫਿਰ ਜਿਨ੍ਹਾਂ ਨੇ ਸਾਨੂੰ ਪੈਲੀ ਦਾਨ ਕੀਤੀ ਸੀ ਉਹਨਾਂ ਫਿਰ ਟਰੱਸਟ ਬਣਾ ਦਿੱਤਾ, ਅਤੇ ਜਦੋਂ ਟਰੱਸਟ ਬਣਾਇਆ ਉਹ ਬੰਦੇ ਭੱਜ ਗਏ, ਸਾਡੀ ਇੱਥੇ ਬਾਹਰ ਨਹੀਂ ਜਾਣੀ। ਉਹਨਾਂ ਨੇ ਲਾਗੇ ਇੱਕ ਗੁਰਦੁਆਰੇ ਵਾਸਤੇ ਜਗ੍ਹਾ ਰਹੀ, 5-7 ਸਾਲ ਉੱਦਾਂ ਪਈ ਰਹੀ। ਫਿਰ ਉਹਨਾਂ ਨੇ ਸਾਡੇ ਘਰ ਉਹ ਪਾਰਟੀ ਨਾਲ ਕੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਸਾਡੀ ਜਗ੍ਹਾ ਦੇ ਉੱਤੇ ਇੱਕ ਲੰਗਰ ਹਾਲ ਬਣਾ ਲਓ, ਆਹਾਂ ਤੁਹਾਨੂੰ ਦਾਨ ਦਿੱਤਾ। ਉਹਦੇ ਵਿੱਚ ਜਿਹੜਾ ਦਾਨ ਦਿੱਤਾ ਉਹਦੇ ਭਾਈ ਸ਼ਾਲੂ ਜੀ ਦੇ ਨਾਲ ਜਗ੍ਹਾ ਇੰਤਕਾਲ ਅਤੇ ਰਜਿਸਟਰੀ ਹੋ ਗਈ, ਸਾਨੂੰ ਉਹਨਾਂ ਦੇ ਦਿੱਤੀ। ਹੁਣ ਉਹ ਵੀ ਬੰਦੇ ਆਈ ਪੈਸਾ ਉੱਤੇ 50-60 ਲੱਖ ਰੁਪਈਆ, ਉਹ ਬੰਦੇ ਸਾਡੇ ਕੋਲ ਕੌਣ ਪੈਂਦੇ ਆ, ਰੋਜ਼ ਆਣ ਕੇ ਕਬਜ਼ਾ ਕਰਦੇ ਆ, ਧੱਕੇਸ਼ਾਹੀ ਕਰਦੇ ਆ, ਸ਼ਰਾਬ ਪੀ ਕੇ ਅੰਦਰ ਵੀ ਪੈਂਦੇ ਆ। ਸਾਡੀਆਂ ਧੀਆਂ ਭੈਣਾਂ ਸੰਗਤ ਬਹੁਤ ਆਉਂਦੀ ਆ, ਬਹੁਤ ਆਵਾਜ਼ਾਰੀ ਆ। ਅਸੀਂ ਇਹੋ ਸੰਗਤ ਗਾੜੀ ਬੇਨਤੀ ਕਰਨੀ, ਅਰਦਾਸ ਕਰੋ ਸੱਚੇ ਪਾਤਸ਼ਾਹ ਗਾੜੀ ਬੇਨਤੀ ਕਿਰਪਾ ਰਹੇ, ਕੋਈ ਬਾਵਜਾਦ ਨਹੀਂ, ਇੱਥੇ ਰੋਜ਼ ਸੰਗਤਾਂ ਆਉਂਦੀਆਂ ਨੇ, ਜਿਹਦੇ ਵਿੱਚ ਵਿਧਵਾ ਔਰਤਾਂ 80-90 ਨੇ, ਜਿਨ੍ਹਾਂ ਨੂੰ ਰਾਸ਼ਨ ਪਾਣੀ ਮਹੀਨੇ ਦੇ ਮਹੀਨੇ ਦੇਈਦਾ, ਨਾਲ ਕਿਰਾਇਆ ਦੇਈਦਾ, ਨਾਲ ਉਹਨਾਂ ਦੇ ਬੱਚਿਆਂ ਦੀ ਫੀਸ ਦੇਈਦੀ ਆ, ਨਾਲ ਜੇ ਕੋਈ ਬੀਬੀ ਕਹਿੰਦੀ ਆ ਕਿ ਮੈਥੋਂ ਦਵਾਈ ਵਾਸਤੇ ਪੈਸੇ ਨੂੰ ਦਵਾਈ ਦੇ ਪੈਸੇ ਦੇਈਦੇ ਆ, ਲੜਕੀਆਂ ਦੇ ਫ੍ਰੀ 20 ਕਹਿੰਦੇ ਆ, ਜਿਹਦੇ ਵਿੱਚ ਮਹੀਨੇ ਦੇ 10-12 ਵਿਆਹ ਹੁੰਦੇ ਆ। ਹੁਣ ਸਾਰਾ ਲੰਗਰ ਪਾਣੀ ਜਿਹੜਾ ਗੁਰੂ ਘਰ ਵੱਲੋਂ ਦਿੱਤਾ ਜਾਂਦਾ, ਜਿਹੜੀਆਂ ਮੈਨੂੰ ਸੰਗਤਾਂ ਦੇਈਆਂ, ਮੈਂ ਅੱਜ ਤੱਕ ਸੰਗਤਾਂ ਕੋਲ ਪੈਸਾ ਮੰਗਦੀ ਕੋਈ ਵੀ ਖੇਤਰ ਨਹੀਂ ਕੀਤੀ। ਜੋ ਵੀ ਸੰਗਤ ਆਉਂਦੀ ਆ ਉਹਨੂੰ ਮੈਂ ਕਹਿੰਦਾ ਵੀ ਆਟਾ ਚੜਾਓ, ਖੰਡ ਚੜਾਓ, ਪੱਤੀ ਚੜਾਓ, ਦਾਲ ਚੜਾਓ, ਜੋ ਬਿਸਤਰਾ ਚਾਹੀਦਾ, ਕੋਈ ਬਾਲਣ ਚਾਹੀਦਾ, ਸੰਗਤਾਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੀਆਂ। ਪਰ ਇਹ ਬੰਦੇ ਸਾਨੂੰ ਖਰਾਬ ਕਰਦੇ ਸੀ, ਪਹਿਲਾਂ ਸਾਡੇ ਕੋਲ ਖੋਹ ਖਾਈ ਜਾਂਦੇ ਸੀ, ਸੰਗਤਾਂ ਨੂੰ ਖੋਹਦੀਆਂ, ਬਾਬਾ ਜੀ ਗੁਰਦੁਆਰਾ ਤੁਸੀਂ ਪੈਸੇ ਬਣਾਉਂਦੇ ਨਹੀਂ, ਪੈਸੇ ਕਿੱਥੇ ਜਾਂਦੇ ਆ। ਫਿਰ ਇਹਨਾਂ ਨੂੰ ਸਾਥ ਛੱਡ ਕੇ ਪੈਲੀਆਂ ਦੇ ਨਾਲ ਸਾਥ ਲਾਇਆ, ਜੇ ਆਪਾਂ ਗੁਰਦੁਆਰਾ ਬਣਾ ਤਾਂ ਸਾਡੇ ਕੋਲ ਖੋਹਣਾ ਚਾਹੁੰਦੇ ਆ। ਅਸੀਂ ਇਹੋ ਹੀ ਸੰਗਤਾਂ ਗਾੜੀ ਬੇਨਤੀ ਕਰਨੀ ਪਿਓ, ਰਲ ਮਿਲ ਕੇ ਗੁਰੂ ਘਰ ਦੀ ਨੂੰ ਆਪਾਂ ਬਚਾਈਏ, ਇਹਦੀ ਇੱਜ਼ਤ ਬਚਾਉਣੀ ਹੈ। ਜੇ ਆਪਾਂ ਸਿੱਖ ਹੀ ਸਿੱਖ ਲਾ ਕੇ ਇਹ ਕੰਮ ਕੀਤਾ ਤਾਂ ਮਾੜੀ ਕਰਦੇ ਹਾਂ। ਇਸ ਕਰਕੇ ਇੱਥੇ ਸਭ ਸੰਗਤਾਂ ਆਉਂਦੀਆਂ ਨੇ, ਕੋਈ ਵੀ ਇੱਥੇ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ, ਜੋ ਇਸੇ ਤਰ੍ਹਾਂ ਦਾ ਵਿੱਚ ਹੁੰਦਾ ਉਸ ਤਰ੍ਹਾਂ ਹੀ
ਉਹਦੀ ਆਸ ਕਾਮਨਾ ਪੂਰੀ ਹੁੰਦੀ ਹੈ। ਵਾਹਿਗੁਰੂ ਖਾਲਸਾ। ਬਾਬਾ ਜੀ ਦਾ ਕਹਿਣ ਦਾ ਭਾਵ ਹੈ ਕਿ ਇਹ ਗੁਰਦੁਆਰਾ ਜੋ ਕਿ ਸੰਗਤਾਂ ਦੀ ਸੇਵਾ ਨਾਲ ਹੀ ਬਣਿਆ ਅਤੇ ਉਹ ਸੰਗਤਾਂ ਦੀ ਸੇਵਾ ਹੀ ਕਰ ਰਿਹਾ, ਗਰੀਬਾਂ ਦੀ ਇੱਥੇ ਸੇਵਾ ਕੀਤੀ ਜਾਂਦੀ ਆ। ਬਾਬਾ ਜੀ ਨੇ ਕਿਹਾ ਕਿ ਉਹ ਲੋਕ ਜਿਨ੍ਹਾਂ ਨੇ ਅੱਜ ਤੋਂ ਕੁਛ ਸਾਲ ਪਹਿਲਾਂ ਹੀ ਇੰਨੀ ਸ਼ਰਧਾ ਦੇ ਨਾਲ ਇਹ ਦਾਨ ਕੀਤੀ ਆ, ਫਿਰ ਕਿਹੜੀ ਇਹੋ ਜਿਹੀ ਮੁਸ਼ਕਲ ਆ ਗਈ ਕਿ ਇਹੀ ਦਾਨ ਕੀਤੀ ਹੋਈ ਜ਼ਮੀਨ ਉਹ ਫਿਰ ਦੁਬਾਰਾ ਹੜੱਪਣੀ ਚਾਹੁੰਦੇ ਆ। ਸੋ ਸਾਡੇ ਨਾਲ ਹੋਰ ਵੀ ਇੱਥੇ ਵੀ ਸੰਗਤ ਖੜ੍ਹੀ ਆ। ਸੰਗਤ ਸਾਹਿਬ ਸੇ ਤੁਹਾਡਾ, ਸਿੰਘ ਸਾਹਿਬ ਤੁਹਾਡੇ ਕੀ ਵਿਚਾਰ ਆ, ਤੁਹਾਡੇ ਕੀ ਵਿਚਾਰ, ਤੁਸੀਂ ਕੀ ਕਹਿਣਾ ਚਾਹੁੰਦੇ ਜੇ ਇਹਦੇ ਬਾਰੇ? ਉੱਚੀ ਬੋਲੋ। ਕਿਉਂਕਿ ਸਾਡੀ ਇੱਥੇ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਧਰ, ਅਤੇ ਠੀਕ ਠਾਕ ਹੈ। ਜੋ ਗੁਰਦੁਆਰਾ ਜਾਣਾ ਨਹੀਂ ਚਾਹੀਦਾ ਕਿਸੇ ਪਾਸੇ, ਗੁਰਦੁਆਰਾ ਕਿਸੇ ਬੰਨੇ ਜਾਣਾ ਨਹੀਂ ਚਾਹੀਦਾ। ਸਾਰੀ ਸੰਗਤ ਆ ਵੀ ਭਾਈ ਸ਼ਾਲੋ ਜੀ ਗੁਰੂ ਤਾਂ ਗੁਰੂ ਘਰ ਦੇ, ਇਹ ਉਹ ਗੁਰੂ ਘਰ, ਸਿੱਖ ਗੁਰੂ ਘਰ ਕੀ ਚੀਜ਼ ਆ ਜਿਹਦੇ ਵਿੱਚ ਗੁਰੂ ਘਰ ਦੀਆਂ ਸੰਗਤਾਂ ਨੂੰ ਬਰਾਬਰ ਦੇ ਰੁਤਬੇ ਦਿੱਤੇ ਗਏ ਆ ਔਰ ਬਰਾਬਰ ਦਾ ਰੁਤਬਾ ਭਾਈ ਸ਼ਾਲੋ ਜੀ ਨੂੰ ਮਿਲਿਆ, ਜਿਸ ਕਰਕੇ ਇੱਥੇ ਗੁਰਦੁਆਰਾ ਸਾਹਿਬ ਨੇ ਜਾਚ ਬਣਿਆ ਆ। ਮੇਰੇ ਨਾਲ ਹੋਰ ਸਿੰਘ ਸਾਹਿਬ ਖੜ੍ਹੇ ਨੇ, ਉਹਨਾਂ ਕੋਲ ਵੀ ਇਹੀ ਵਿਚਾਰ ਪੁੱਛਣਗੇ ਕਿ ਜੇ ਉਹ ਦਾਨ ਕੀਤੀ ਹੋਈ ਜ਼ਮੀਨ ਹੈ ਵੀਰ ਜੀ ਤਾਂ ਅੱਜ ਫਿਰ ਉਹ ਰੇੜਕਾ ਖੜ੍ਹਾ ਕਰਦੇ ਆ, ਅਤੇ ਉਹ ਕਿਉਂ ਰੇੜਕਾ ਖੜ੍ਹੇ ਕਰਦੇ? ਸਿੰਘ ਸਾਹਿਬ ਤੁਸੀਂ ਦੋ ਵਿਚਾਰ ਦਿਓ। ਇਹਨਾਂ ਨੇ ਪਹਿਲਾਂ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੜਚਨ ਪਾਈ ਸੀਗੀ, ਉਦੋਂ ਗੁਰਦੁਆਰਾ ਸਾਹਿਬ ਬਣਦਾ ਸੀ ਅਤੇ ਇਹਨਾਂ ਨੇ ਰੁਕਾਵਟ ਪਾਈ। ਬਾਅਦ ਦੇ ਵਿੱਚ ਇਹਨਾਂ ਨੇ ਆਪਣੀ ਇੱਕ ਵੱਖਰੀ ਜਗ੍ਹਾ ਛੱਡੀ ਸੀਗੀ, ਉਹਦੇ ਵਿੱਚ ਗੁਰਦੁਆਰਾ ਸਾਹਿਬ ਪਾਉਂਦੇ। ਫਿਰ ਇਹਨਾਂ ਕੋਲ ਗੁਰਦੁਆਰਾ ਸਾਹਿਬ ਨਹੀਂ ਪਿਆ, ਸੰਗਤਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ। 5-7 ਸਾਲ ਬਾਅਦ ਇਹਨਾਂ ਨੇ ਮੁੜ ਕੇ ਆ ਕੇ ਅਰਦਸ਼ਨੀ ਬਾਬਾ ਜੀ ਨੂੰ ਦੇ ਦਿੱਤੀ ਵੀ ਬਾਬਾ ਜੀ ਤੁਸੀਂ ਗੁਰਦੁਆਰਾ ਸਾਹਿਬ ਇੱਧਰ ਬਣਾ ਲਓ, ਇਹਦੇ ਵਿੱਚ ਲੰਗਰ ਹਾਲ ਬਣਾ ਲਓ ਅਤੇ ਇਹਦੇ ਨਾਲ ਹੀ ਲਾ ਲਓ। ਹੁਣ ਉਹ ਜਦੋਂ ਲੰਗਰ ਹਾਲ ਬਣ ਗਿਆ ਵਾ, 50-60 ਲੱਖ ਰੁਪਈਆ ਉੱਪਰ ਲੱਗ ਗਿਆ, ਤਾਂ ਉਹ ਬੇਈਮਾਨ ਹੁੰਦੇ ਆ ਵੀ ਉਹ ਜਗ੍ਹਾ ਸਾਨੂੰ ਮਿਲ ਜਾਵੇ, ਅਸੀਂ ਵੱਖਰੀ ਗ੍ਰਾਹੀ ਕਰਕੇ ਆਪਣਾ ਵੱਖਰਾ ਭੋਜਨ ਖਾਣ ਪੀਣ ਦਾ ਕਰ ਲਈਏ ਜੀ। ਵਾਹਿਗੁਰੂ। ਸੰਗਤ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੇ ਕੋਈ ਵਿਤਕਰਾ ਨਹੀਂ ਹੈ। ਸੰਗਤ ਹਮੇਸ਼ਾ ਹੀ ਗੁਰੂ ਘਰ ਦਾ ਜੋ ਹੁਕਮ ਹੋਇਆ ਕਿ ਦਸਵੰਧ ਸੰਗਤ ਸ਼ੁਰੂ ਤੋਂ ਹੀ ਦਾਨ ਕਰਦੀ ਆਈ, ਦਾਨ ਕਰਦੀ ਚੱਲੀ ਆ। ਇਹ ਰੇੜਕਾ ਕਿਉਂ ਚੱਲਿਆ, ਇਹਦੇ ਪਿੱਛੇ ਕੀ ਰਾਜ ਨੇ, ਉਹ ਇਸ ਸਾਰੇ ਪਿੰਡ ਨੂੰ ਪਤਾ ਆ। ਪਰ ਸਾਡਾ ਕੀ ਫਰਜ਼ ਬਣਦਾ ਆ ਕਿ ਅਸੀਂ ਜੇ ਆਪਣੀ ਯਾਦ ਆਪਣੇ ਹੱਥੀਂ ਬਣਾਈ ਹੈ ਬਾਬਾ ਜੀ ਭਾਈ ਸ਼ਾਲੋ ਜੀ ਦੀ, ਅਤੇ ਉਹਨੂੰ ਵੱਧ ਚੜ੍ਹ ਕੇ ਅੱਗੇ ਪ੍ਰਫੁੱਲਿਤ ਕਰੀਏ। ਦੁਨੀਆ ਦੀ ਸੇਵਾ ਕਰ ਰਹੇ ਬਾਬਾ ਜੀ ਮੋਹਨ ਸਿੰਘ, ਜੋ ਕਿ ਹੜ੍ਹ ਪੀੜਤਾਂ ਵਾਸਤੇ ਲਗਾਤਾਰ ਇੱਕ ਹਫ਼ਤਾ ਇੱਥੋਂ ਰਸ਼ ਪਕਾ ਕੇ ਘੱਟ ਤੋਂ ਘੱਟ 7 ਗੱਡੀਆਂ ਹਰ ਰੋਜ਼ ਜਾਂਦੀਆਂ ਰਹੀਆਂ, ਜਿਹੜੀਆਂ ਕਿ ਤੁਸੀਂ ਪਹਿਲਾਂ ਵੀ ਪੋਸਟਾਂ ਦੇ ਵਿੱਚ ਵੇਖ ਰਹੇ ਹੋਗੇ, ਭਾਈ ਬਾਬਾ ਮੋਹਨ ਜੀ ਭਾਈ ਸ਼ਾਲਾ ਜੀ ਗੁਰਦੁਆਰੇ ਤੋਂ ਤਕਰੀਬਨ ਹਰ ਰੋਜ਼ 6-7 ਗੱਡੀਆਂ ਰਸ਼ ਦੀਆਂ ਲੈ ਕੇ ਜਾਂਦੇ ਰਹੇ ਆ, ਔਰ ਇਹ ਗੁਰਦੁਆਰਾ ਹਾਲੇ ਵੀ ਸੇਵਾ ਲਈ ਜਾਣਿਆ ਜਾਂਦਾ ਆ। ਸੋ ਮੇਰੇ ਅਖੀਰ ਦੇ ਵਿੱਚ ਸੰਗਤਾਂ ਨੂੰ ਬੇਨਤੀ ਆ ਕਿ ਇਹ ਜਿਹੜਾ ਰੇੜਕਾ ਵਧਿਆ ਹੈ, ਇਸ ਰੇੜਕੇ ਨੂੰ ਘਟਾਇਆ ਜਾਵੇ। ਇਸ ਰੇੜਕੇ ਨੂੰ ਜੇ ਦਾਨ ਕੀਤੀ ਜ਼ਮੀਨ ਆ, ਅੱਜ ਫਿਰ ਸੰਗਤਾਂ ਮੰਗਣਗੀਆਂ, ਤਾਂ ਪੰਜਾਬ ਦੇ ਵਿੱਚ ਕਿੰਨੇ ਗੁਰਦੁਆਰੇ ਆ ਜੋ ਕਿ ਇਸੇ ਤਰ੍ਹਾਂ ਸੰਗਤਾਂ ਦੇ ਦਾਨ ਕੀਤੇ ਹੋਏ ਹੀ ਹਨ। ਸੋ ਅੱਜ ਜੇ ਇਹ ਰੇੜਕਾ ਵੇਖੇ ਤਾਂ ਇਹ ਕੋਈ ਗੱਲ ਹੈ ਵੀ ਨਹੀਂ ਆ, ਪਰ ਜੇ ਵਧਾਵਾਂਗੇ, ਸੁਣਿਆ ਕਿ ਪੁਲਿਸ ਤੱਕ ਮਸਲੇ ਵੀ ਪਹੁੰਚੇ ਆ, ਪਰ ਇਹ ਦੁੱਖਦਾਈ ਗੱਲਾਂ ਆ। ਸੰਗਤਾਂ ਦੇ ਵਿੱਚ ਹੋਰ ਕਿਸੇ ਚੀਜ਼ ਤੋਂ ਰੇੜਕਾ ਪੈ ਸਕਦਾ, ਗੁਰੂ ਘਰ ਪ੍ਰੀਸ਼ਦਾ ਜੇ ਉਹ ਕਦੀ ਵੀ ਘੱਟ ਨਹੀਂ ਹੋਈ। ਸੋ ਸਾਡੀ ਦੁਬਾਰਾ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਇਹ ਰੇੜਕੇ ਨੂੰ ਖਤਮ ਕੀਤਾ ਜਾਵੇ ਅਤੇ ਆਪਣੇ ਹੱਥੀਂ ਬਣਾਏ ਗੁਰਦੁਆਰੇ ਨੂੰ ਸਗੋਂ ਹੋਰ ਪ੍ਰਫੁੱਲਿਤ ਕਰੀਏ। ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਮੇਲਾ ਆ ਰਿਹਾ ਆ, ਇਹਦੀ ਖੁਸ਼ੀਆਂ ਨੂੰ ਦੂਣਾ ਕਰੀਏ। ਕੈਮਰਾਮੈਨ ਹਰਿੰਦਰ ਵਿਰਕਾ ਦੇ ਨਾਲ ਮੈਂ ਵਜ਼ੀਰ ਮੂਦਲ, ਆਵਾਜ਼ੇ ਕੌਮ ਟੀਵੀ।